ਸਾਰੇ ਮਿਲ ਕੇ ਪੰਜ ਵਾਰੀ ਆਲੀ ਅਜਰਾ ਫਿਲ ਕੁਰਬ ਤੇਰਾ ਪਿਆਰ ਛੋੜ ਕੇ ਹੁੰਦੇ ਮਸਜਿਦ ਕੂਫਾ ਦੇ ਵਿੱਚ ਤਿੰਨ ਨੇ ਦਰਬਾਰ, ਇੱਕ ਸੈਯਦ ਦਾ ਦਰਬਾਰ ਹੈ ਤੇ ਦੋ ਮੁਤੀਆਂ ਦਾ ਨੇ। ਸੈਯਦ ਦਾ ਨਾਂ ਹੈ ਸਰਕਾਰ ਅਮੀਰ ਮੁਸਲਮ ਅਲੈਹ ਸਲਾਮ, ਉਹਨਾਂ ਦੇ ਸਾਹਮਣੇ ਰੋਜ਼ਾ ਬਿਲਕੁਲ ਹੀ ਨਾਲ, ਉਹਨਾਂ ਦਾ ਨਾਮ ਹੈ ਸਰਕਾਰ ਹਾਨੀ। ਸੁਭਾਨ ਅੱਲਾਹ, ਤੇ ਉਹ ਨੇ ਉਮਤੀ ਜਿਹੜੇ ਸੈਯਦ ਤੋਂ ਸਦਕੇ ਹੋਏ ਸਨ, ਤੇ ਸੈਯਦ ਨੂੰ ਵੀ ਉਹਨੇ ਪੈ ਸਲਾਮ ਆਉਂਦੇ ਨੇ ਤੇ ਉਹਨਾਂ ਨੂੰ ਵੀ ਉਹਨੇ ਪੈ ਸਲਾਮ ਆਉਂਦੇ ਨੇ। ਜਿਹੜਾ ਵੀ ਸੈਯਦ ਤੋਂ ਸਦਕੇ ਹੋ ਜਾਏ ਉਹਨੂੰ ਕਿਆਮਤ ਤੱਕ ਉਹਨੇ ਸਲਾਮ ਆਉਣਗੇ। ਤੇ ਤੀਸਰਾ ਰੋਜ਼ਾ ਹੈ ਸਰਕਾਰ ਬੇਸ਼ਮ ਤਮਾਰ ਦਾ। ਬੇਸ਼ਮ ਤਮਾਰ ਸਨ ਯਾਲੀ ਸਰਕਾਰ ਦੇ ਮੁਰੀਦ, ਉਹਨਾਂ ਦਾ ਕੰਮ ਸੀ ਜ਼ਿਕਰ ਅਲੀ। ਹਾਕਮ ਨੇ ਆਖਿਆ ਮੇਸਮ ਇਹ ਜ਼ਿਕਰ ਤੋਂ ਬਾਅਦ ਆ ਜਾ, ਉਹਨਾਂ ਆਖਿਆ ਇਹ ਨਹੀਂ ਹੋ ਸਕਣਾ। ਤੇ ਹਾਕਮ ਆਖਿਆ ਅਗਰ ਤੂੰ ਬਾਅਦ ਨਾ ਆਇਆ ਜ਼ੁਬਾਨ ਤੇਰੀ ਨੂੰ ਮੈਂ ਕੱਟ ਦੇਣੇ। ਉਹਨਾਂ ਕਿ ਭਾਵੇਂ ਜ਼ੁਬਾਨ ਨੂੰ ਕੱਟ ਦੇ, ਮੈਂ ਤੇ ਆਪਣੇ ਸਾਈਂ ਦੇ ਨਾਲ ਲੈਣੇ। ਉਹਨਾਂ ਆਖਿਆ ਪਹਿਲੇ ਜ਼ੁਬਾਨ ਨੂੰ ਕੱਟਾਂਗਾ ਫਿਰ ਤੈਨੂੰ ਸੂਲੀ ਵੀ ਚਾੜਾਂਗਾ। ਹੁਣ ਜਿਹਨੂੰ ਆਖੀ ਨੇ ਤੈਨੂੰ ਸੂਲੀ ਚਾੜਨਾ, ਉਹਦਾ ਰੰਗ ਹੋ ਜਾਂਦਾ ਜ਼ਰਦ। ਮੀਸਮ ਤਾਂ ਮਾਰਦਾ ਸੁਣ ਕੇ ਸਗੋਂ ਸੁਰਖ ਰੰਗ ਹੋਇਆ। ਸੁਭਾਨ ਅੱਲਾਹ, ਆਂਦੇ ਨੇ ਉਹ ਜਲਦੀ ਜਲਦੀ ਸੂਲੀ ਚਾੜ, ਕਿਉਂਕਿ ਮੇਰੇ ਪੀਰ ਦਾ ਫਰਮਾਨ ਹੈ ਕਿ ਮੀਸਮ ਤੈਨੂੰ ਸਾਡੇ ਪਿਆਰ ਵਿੱਚ ਸੂਲੀ ਵੀ ਮਿਲਣੀ ਹੈ। ਉਹਨਾਂ ਕਹਿੰਦਾ ਸੂਲੀ ਚਾੜ, ਮੇਰੇ ਪੀਰ ਦਾ ਹੁਕਮ ਪੂਰਾ ਹੋਇਆ। ਉਹਨੇ ਪਹਿਲੇ ਜ਼ੁਬਾਨ ਨੂੰ ਕੱਟਿਆ ਫਿਰ ਉਹਨੇ ਸੂਲੀ ਚਾੜਿਆ, ਤੇ ਮੀਸਮ ਤਮਾਰ ਸੂਲੀ ਦੇ ਉੱਤੇ ਚੜ ਕੇ ਆਉਂਦੇ ਨੇ ਯਾਲੀ ਯਾਲੀ ਯਾਲੀ। ਉਹਨੇ ਆਖਿਆ ਵੇ ਇਹ ਕਿੱਡਾ ਸਰ ਫਿਰਿਆ ਸਕੇ, ਜ਼ੁਬਾਨ ਦੀ ਪੀੜ ਵੀ ਨਹੀਂ ਮਹਿਸੂਸ ਕਰ ਰਿਹਾ ਤੇ ਸੂਲੀ ਦੇ ਵੀ ਚੜ ਗਿਆ ਤੇ ਉਹੀ ਨਾਮ। ਤੇ ਮੀਸਮ ਤਮਾਰ ਆਪਣੇ ਕਾਤਲਾਂ ਨੂੰ ਵੇਖਿਆ, ਉਹਨੇ ਉਮਰ ਨੂੰ ਜ਼ਰਾ ਨਹੀਂ ਡਰਦੇ ਜਿਨ੍ਹਾਂ ਨੈਣ ਮਿਲਾ ਲਿਆ ਨੇ। ਸਦਕੇ ਜਾਣ ਜਿਨ ਪੜਦੇ ਜਿਨ੍ਹਾਂ ਨੈਣ ਮਿਲਾ ਲੈ ਤਨਵੀ ਅਲੀ ਦਾ ਮੇਰਾ ਮਨ ਮੇਰਾ ਤਨਵੀ ਅਲੀ ਦੀ ਤਨਵੀ ਅਲੀ ਦਾ
कुवारी नारे ला के ठंडे नहीं हो जाने क्योंकि नबी करीम का फरमान है अल जिक्र वाली इबादत आपका फरमान है मेरे वीर का जिक्र करो इबादत यह सारी सरकार की उम्मत है उम्मत का अके के सरकार के हुक्म मनना क्यों जी नबी करीम का फरमान है अल जिक्रो अली और इबादा कि मेरे वीर का जिक्र इबादत तो जरा मिल के करिए मैं एक बारी हैदरी कहना तुसा दो बारी आली आली कहना